अज लुधियाणा के अंबेडकर नगर विखे नैशनल चाइल्ड लेबर प्रोजेक्ट के तहत चल रहे स्कूल की लाइब्रेरी का जायजा लैन पहुंचे डिप्टी कमिश्नर वरिंदर कुमार शर्मा। पत्रकारा नाल गलबात करदिया डिप्टी कमिश्नर ने दसिया कि पिछले लंबे समय तो यह स्कूल चल रहा है जिस विच कुल 32 सेंटर हैं अते 1500 के करीब बच्चे इस स्कूल दे विच सिक्ख्या हासिल करते हैं। उत्थे डिप्टी कमिश्नर ने दसिया युवा पीढ़ी साडे देश का भविख है अते इन्हां लई पढ़ना लिखना बहुत ही जरूरी है। उत्थे स्कूल मैनेजमेंट नूं चला रहे समाज सेवी सुरजीत सिंह वालों डिप्टी कमिश्नर का धन्यवाद भी किया गया। ਸਾਡੇ ਕੋਲ ਜਿਹੜੇ 7 ਯੂਨਿਟ ਚੱਲ ਰਹੇ ਨੇ ਅੰਬੇਦਕਰ ਨਗਰ ਵੈਲਫੇਅਰ ਸੁਸਾਇਟੀ ਅਧੀਨ ਅਤੇ ਵੂਮੈਨ ਚਿਲਡਰਨ ਵੈਲਫੇਅਰ ਸੁਸਾਇਟੀ ਅਧੀਨ। ਸਾਡੀ ਦਿਸ਼ਾ ਦੀ ਮੀਟਿੰਗ 'ਚ ਮੇਰੀ ਮੰਗ ਸੀ ਕਿ ਸਾਰੇ ਸਕੂਲਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ। ਉਹ ਮੇਰੀ ਮੰਗ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਅਤੇ ਬੜੇ ਪਹਿਲਾਂ 32 ਸਕੂਲਾਂ 'ਚ ਪਹਿਲੇ ਮੇਰੇ ਸਕੂਲ 'ਚ ਇੱਥੇ ਅੰਬੇਦਕਰ ਨਗਰ ਵੈਲਫੇਅਰ ਸੁਸਾਇਟੀ 'ਚ ਉਹਨਾਂ ਨੂੰ ਉਦਘਾਟਨ ਕੀਤਾ। ਡੀ ਸੀ ਸਾਹਿਬ ਆਏ ਸਨ, ਧੰਨਵਾਦ ਕਰਦੇ ਹਾਂ। ਏ ਡੀ ਸੀ ਡੀ ਆਏ ਨੇ, ਧੰਨਵਾਦ ਕਰਦੇ ਹਾਂ। ਹੋਰ ਵੀ ਪ੍ਰੋਜੈਕਟ ਡਾਇਰੈਕਟਰ ਸਾਡੇ ਏ ਡੀ ਸੀ ਡੀ ਨੇ, ਹੋਰ ਵੀ ਸਟਾਫ ਡੀ ਸੀ ਡਾਕਟਰ ਵੱਲੋਂ ਆਇਆ, ਡਾਕਟਰ ਹਰਜਿੰਦਰ ਸਿੰਘ IAS ਅਫਸਰ ਨੇ, ਉਹ ਵੀ ਇੱਥੇ ਅੱਜ ਆਏ ਸਨ। ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। ਇੱਥੇ ਬਾਲ ਮਜ਼ਦੂਰ ਬੱਚਿਆਂ ਨੂੰ ਜਿਨ੍ਹਾਂ ਨੇ ਮਜ਼ਦੂਰੀ ਛੱਡ ਕੇ ਪੜ੍ਹਾਈ ਵੱਲ ਧਿਆਨ ਦਿੱਤਾ, ਇਹ ਲਾਇਬ੍ਰੇਰੀ ਉਹਨਾਂ ਨੂੰ ਸਧਾਰਨ ਗਿਆਨ ਦੀਆਂ ਕਿਤਾਬਾਂ ਲਾਇਬ੍ਰੇਰੀ ਵਿੱਚ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਸਧਾਰਨ ਗਿਆਨ ਦੀਆਂ ਕਿਤਾਬਾਂ ਉਹਨਾਂ ਨੂੰ ਦਿੱਤੀਆਂ ਨੇ। ਬਾਕੀ ਅਸੀਂ ਮੰਗ ਰੱਖਾਂਗੇ ਕਿ ਜਿਵੇਂ ਸਰਕਾਰੀ ਸਕੂਲਾਂ 'ਚ ਅਖਬਾਰਾਂ ਦੇ ਸਕੂਲ ਤਾਂ ਬੱਚਿਆਂ ਨੂੰ, ਉਸ ਸਕੂਲ 'ਚ ਵੀ ਇਹਨਾਂ NCERP ਸਕੂਲਾਂ ਨੂੰ ਅਖਬਾਰਾਂ ਦੀ ਸਕੂਲ 'ਚ ਵੀ ਦਿੱਤੀ ਜਾਵੇ। ਮੈਂ 1978 ਸ਼ੁਰੂ ਕੀਤਾ ਸੀ, 3 ਬੱਚੇ ਸਨ। 2007 'ਚ ਮੇਰੇ ਕੋਲ 200 ਬੱਚੇ ਸਨ। 2001 ਤੋਂ ਮੈਨੂੰ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਵਾਲੇ ਵੀ ਸਹਾਇਤਾ ਕਰ ਰਹੇ ਨੇ। ਹੁਣ ਮੇਰੇ ਕੋਲ 500 ਤੋਂ ਵਧੇਰੇ ਬੱਚੇ ਨੇ, 7 ਯੂਨਿਟਾਂ 'ਚ ਪੜ੍ਹਦੇ। ਦੇਖੋ, NCERP ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਚੱਲ ਤਾਂ ਇਹ ਪਹਿਲਾਂ ਤੋਂ ਹੀ ਰਿਹਾ। ਇਸ 'ਚ 32 ਸੈਂਟਰ ਨੇ, 1500 ਦੇ ਕਰੀਬ ਬੱਚੇ ਨੇ। ਜਿਹੜੇ ਬੱਚੇ ਜੇ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਸਪੋਰਟ ਨਾ ਮਿਲੇ, ਇਹ ਕੇਂਦਰ ਸਰਕਾਰ ਦੀ ਸਕੀਮ ਹੈ, ਤਾਂ ਇਹ ਬੱਚੇ ਲੇਬਰ ਵਾਲੇ ਪਾਸੇ ਜਾ ਸਕਦੇ ਨੇ। ਇਹ ਆਪਣੇ ਦੇਸ਼ ਦਾ ਭਵਿੱਖ ਨੂੰ ਸਹੀ ਰੱਖਣ ਦੇ ਲਈ ਬਹੁਤ ਅੱਛੀ ਸਕੀਮ ਹੈ। ਮਤਲਬ ਚੱਲ ਪਹਿਲਾਂ ਵੀ ਰਹੀ ਸੀ, ਬਟ ਜਿਹੜੀ ਤੇਜ਼ੀ ਅਮਿਤ ਪੰਚਾਲ ਜੀ ਮੇਰੇ ਸੱਜੇ ਹੱਥ ਬੈਠੇ ਹੈ, ਸਾਡੇ ADC ਡਿਵੈਲਪਮੈਂਟ ਇਹਦੇ ਪ੍ਰੋਜੈਕਟ ਡਾਇਰੈਕਟਰ ਨੇ, ਔਰ ਡਾਕਟਰ ਹਰਜਿੰਦਰ ਜਿਹੜਾ IAS ਅੰਡਰ ਟ੍ਰੇਨਿੰਗ ਹੈ, ਇਹਨਾਂ ਦੋਨਾਂ ਨੇ ਬਹੁਤ ਇੰਟਰਸਟ ਲਿੱਤਾ। ਔਰ ਡਾਕਟਰ ਸੁਰਜੀਤ ਜਿਹੜੇ ਸਾਹਮਣੇ ਬੈਠੇ ਹੈ, ਇਹ ਤਾਂ ਮਤਲਬ ਇਹ ਜਿਉਂਦੀ ਜਾਗਦੀ ਇਸ ਗੱਲ ਦੀ ਮਿਸਾਲ ਨੇ। ਇਹਨਾਂ ਦੇ ਬੱਚੇ ਬਾਹਰ ਨੇ, ਉਸ ਬਾਹਰ ਜਾਣ ਦੀ ਤੰਗ ਨੂੰ ਛੱਡ ਕੇ ਆਪ ਇੱਥੇ ਬੱਚਿਆਂ ਦੀ ਸੇਵਾ 'ਚ ਬੈਠੇ ਆ। ਅੱਜ ਦਾ ਜਿਹੜਾ ਸਬੱਬ ਇਹ ਬਣਿਆ ਕਿ ਇਹਨਾਂ ਨੇ ਇੱਥੇ ਬੱਚਿਆਂ ਲਈ ਲਾਇਬ੍ਰੇਰੀ ਬਣਾਈ ਹੈ। ਤੁਸੀਂ ਇਹ ਦੇਖੋ ਵੀ ਜਿਹੜੀ ਲਾਇਬ੍ਰੇਰੀ ਹੈਗੀ ਆ, ਉਹ ਸਭ ਤੋਂ ਅੱਛਾ ਇੱਕ ਟੂਲ ਹੈ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਲਾਉਣ ਦਾ। ਤੋ ਇੱਥੇ ਮਤਲਬ ਇਹਨਾਂ ਨੇ ਇਹ ਅੱਜ ਬਹੁਤ ਅੱਛਾ ਕਾਰਜ ਕੀਤਾ ਹੈਗਾ, ਔਰ ਅਸੀਂ ਇਹਨਾਂ ਦੇ ਨਾਲ ਜਿਹੜੀ NGOs ਦੀ ਆਪਣੀ ਮਨੀਤ ਦੇਵਾਨ ਜੀ ਹੈਗੇ ਨੇ, ਜਿਹੜੀ ਸਿਟੀ ਨੀਡਸ ਕਰਕੇ ਸੰਸਥਾ ਹੈ, ਉਹਨਾਂ ਦਾ ਵੀ ਅਸੀਂ ਇਹਨਾਂ ਨਾਲ ਤਾਲਮੇਲ ਕਰਾ ਰਹੇ ਹਾਂ, ਕਿਉਂਕਿ ਜਦੋਂ ਅੱਛੇ ਬੰਦੇ ਰਲਦੇ ਨੇ ਤਾਂ 1-1-11 ਹੋ ਕੇ ਹੋਰ ਉਹਨੂੰ ਬਲ ਮਿਲਦਾ। ਔਰ ਡਾਕਟਰ ਸੁਰਜੀਤ ਜੀ ਹੋਰਾਂ ਨੇ ਕਿਹਾ ਕਿ ਬੁੱਕ ਬੈਂਕ ਦੇ ਲਈ ਇਹ ਜਗ੍ਹਾ ਦੇਣਗੇ, ਉਹ ਕਿਤਾਬਾਂ ਦੇਣਗੇ, 20,000 ਕਿਤਾਬਾਂ ਉਹਨਾਂ ਕੋਲ ਹੈ। ਅਤੇ ਜਦੋਂ ਇਹ ਸੁਖਨਾ ਮਨੀਤ ਦੇਵਾਨ ਜੀ ਅਤੇ ਡਾਕਟਰ ਸੁਰਜੀਤ ਜੀ ਹੋਰ ਮਿਲ ਕੇ ਕਰਨਗੇ ਪੂਰਾ, ਉਦੋਂ ਹੀ ਮੈਂ ਆ ਕੇ ਜਾਊਂਗਾ। ਔਰ ਇੱਕ ਹੋਰ ਸੰਸਥਾ ਹੈ ਜਿਹੜੀ, ਕੀ ਨਾਮ ਹੈ ਜੀ, ਹੈਲਪਿੰਗ ਹੈਂਡਸ ਕਰਕੇ ਜਿਹੜੀ ਸੰਸਥਾ ਹੈਗੀ ਹੈ, ਇਹਨਾਂ ਨੇ ਅੱਜ ਇੱਥੇ ਕਿਤਾਬਾਂ ਦਿੱਤੀਆਂ, ਵਰਧਮਾਨ ਗਰੁੱਪ ਨੇ ਵੀ ਕਿਤਾਬਾਂ ਦਿੱਤੀਆਂ। ਮਤਲਬ ਕੋਈ ਚੰਗਾ ਕੰਮ ਜਦੋਂ ਸ਼ੁਰੂ ਕਰ ਦਿਓ ਤਾਂ ਅੱਗੇ ਤੁਰਦੇ ਰਹਿੰਦੇ। ਔਰ ਪੰਜਾਬ 'ਚ ਬੁੱਕ ਸੱਭਿਆਚਾਰ ਲਿਆਉਣ ਦੀ ਬਹੁਤ ਲੋੜ ਹੈ। ਆਪਾਂ ਹੋਰ ਸਾਰੇ ਕੰਮ ਕਰ ਲੈਂਦੇ ਹਾਂ, ਸਾਜ ਸੱਜਾ ਵਾਲੇ, ਕੱਪੜਿਆਂ ਵਾਲੇ, ਖਾਣ ਪੀਣ ਵਾਲੇ, ਪਰ ਜਿਹੜੀ ਸਾਡੀ ਜ਼ਹਿਨੀ ਖੁਰਾਕ ਹੈਗੀ ਹੈ, ਕਿਤਾਬਾਂ ਦਾ ਐਡਾ ਰੁਝਾਨ ਨਹੀਂ। ਮਾਂ ਪਿਓ ਕੋਈ ਵੀ ਹੁਣ ਉਹਨਾਂ ਨੂੰ ਕਿਤਾਬਾਂ ਵਾਲੇ ਪਾਸੇ ਬੱਚਿਆਂ ਨੂੰ ਜ਼ਰੂਰ ਲਾਉਣਾ ਚਾਹੀਦਾ। ਸਰ, ਜਿਹੜੇ ਸਲੰਮਜ਼ ਏਰੀਆ ਦੇ ਬੱਚੇ ਨੇ, ਉਹਨਾਂ ਦੇ ਮਾਂ ਬਾਪ ਉਹਨਾਂ ਨੂੰ ਘਰਾਂ ਦੇ ਵਿੱਚ ਕੰਮ 'ਤੇ ਲਾ ਦਿੰਦੇ ਨੇ, ਇੱਥੇ ਇਹ ਸਕੂਲਾਂ ਦੇ ਵਿੱਚ ਕੋਈ ਫੀਸ ਨਹੀਂ, ਕੋਈ ਹਾਂ ਬਿਲਕੁਲ ਬਿਲਕੁਲ ਕੋਈ ਬਿਲਕੁਲ ਮੇਰੀ ਤਾਂ ਇਹੀ ਸਲਾਹ ਹੈਗੀ ਹੈ ਵੀ ਜਿਹੜਾ ਵੀ ਚਾਈਲਡ ਲੇਬਰ ਪ੍ਰੋਜੈਕਟ ਦਾ ਨੇੜੇ ਸਕੂਲ ਹੈ, ਉੱਥੇ ਬੱਚੇ ਛੱਡੋ। ਜਦੋਂ ਬੱਚੇ ਘਰਾਂ 'ਚ ਰਹਿੰਦੇ ਆ, ਮਾਂ ਪਿਓ ਕੰਮਾਂ 'ਚ ਚਲੇ ਜਾਂਦੇ ਆ, ਬੱਚਿਆਂ ਦੇ ਵਿਰੁੱਧ ਅਪਰਾਧ ਵੀ ਹੁੰਦੇ ਆ, ਤਾਂ ਉਸ ਤੋਂ ਵੀ ਬਚਣ ਲਈ ਔਰ ਬੱਚਿਆਂ ਨੂੰ ਚੰਗੇ ਪਾਸੇ, ਮਤਲਬ ਆਪ ਤਾਂ ਜਿਹੜੇ ਲੇਬਰਕਾਰੀ ਕਰ ਰਹੇ ਆ, ਚਲੋ ਸਾਰੀ ਉਮਰ ਮਿਹਨਤ ਕਰਨੀ ਹੈ, ਐਟਲੀਸਟ ਬੱਚਿਆਂ ਦਾ ਭਵਿੱਖ ਬਣ ਜਾਵੇ, ਉਹ ਪੜ੍ਹ ਲਿਖ ਕੇ ਆਪਦਾ ਚੰਗਾ ਭਵਿੱਖ ਬਣਾ ਸਕਣ। ਇੱਥੇ ਸਾਰਾ ਕੁਝ ਫ੍ਰੀ ਹੈ ਜੀ, ਕਿਤਾਬਾਂ ਵੀ ਨੇ, ਮਿਡ ਡੇ ਮੀਲ ਵੀ ਹੈ, ਸਾਰਾ ਕੁਝ ਹੈ, ਵਰਦੀਆਂ ਵੀ ਨੇ,
सारा बहुत अच्छा। बाकी थोड़ी डिटेल डॉक्टर सुरजीत करेंगे और इन्होंने जरूर तुम बेटे क्योंकि दैनिक सवेरा जरूर चंगे फीचर करता, तुम एक स्पेशल फीचर कला इन्हों के करो, इन्हों की सारी कहानी सुनो। एक बहुत इंट्रस्टिंग गल है भी ये बंदे ने आपकी सर्विस के दौरान पल्यों किया, ये तो NCLP तो बाद आया, हूँ बच्चे बाहर ने वो बाहर ना जाके बंदा इतने सेवा कर रहा है, भी एक मिसाल ही है। इस स्कूल इस टाइम 100 तो वो बच्चा है जी।